पंजाब विधानसभा चोणों के कल नतीजे आए हैं। बरनाला जिले की भदौड़ सीट एक हॉट सीट रही है मुख्यमंत्री चरणजीत चन्नी के कारण, परंतु इस सीट का नतीजा बड़ा हैरानीजनक रहा है कि एक आम घर के मुंडे लाभ सिंह उगोके जिहड़े आम आदमी पार्टी के उम्मीदवार से उन्होंने मुख्यमंत्री चन्नी नूं 37,500 तो वध की लीड के नाल हराया है। एक वड्डा अवदयाव दे विच इह जिहड़ा रिकॉर्ड है कि वड्डी लीड के नाल एक आम घर के पुत ने मुख्यमंत्री चन्नी नूं जिहड़ी पटकनी दित्ती है, तो सारे पंजाब दे विच केंद्र बिंदु बनया लाभ सिंह उगोके। मुख्यमंत्री चन्नी मुख्यमंत्री अरविंद केजरीवाल दिल्ली के मुख्यमंत्री वालों भी बकायदा कल अपनी वीडियो दे विच लाभ सिंह उगोके का जिक्र किया गया कि एक मोबाइल मकैनिक जिहड़ा दुकान ते काम करदा सी ते उहने ते जिहड़े उहदे माता ने उह स्कूल दे विच सफाई कर्मचारी का काम करदे ने उहने मुख्यमंत्री चन्नी नूं हराया। असीं अज पिंड उगोके दे सरकारी स्कूल दे विच आ जिथे लाभ सिंह उगोके दे माता काम करदे ने। इस स्कूल दे विच आ जिहड़ा लाभ सिंह छोटे होंदे इत्थों पढ़ाई की है, उन्हें जिहड़ा मुढ़ली सिक्ख्या इसे स्कूल तो प्राप्त की है। तो वड्डी गल है कि लाभ सिंह ने वड्डी लीड दे नाल मुख्यमंत्री चरणजीत चन्नी नूं हराया। तो एक होर इत्थे वक्री तस्वीर तुहानूं दिखावां कि लाभ सिंह दी माता इसे स्कूल दे विच जिहड़ी आ सफाई कर्मचारी दे तौर ते काम करदी आ। पुत भावें MLA बन गया पर उन्हां दी माता जिहड़ी बलदेव कौर आ उह अज भी सरकारी स्कूल दे विच जिहड़ी आ सफाई कर्मचारी दे तौर ते अपनी ड्यूटी निभाउण आए। उन्हां दे हत्थ दे विच झाड़ू फड़िया होया जो आम आदमी पार्टी दा चोन निशान है, ते अज उन्हां वल्लों अपनी ड्यूटी उसे दे तरां पहलां रखी है जिवें जिहड़ा किरती परिवार पहलां किरत करदा आ, एक मजदूरी करदा आ। इन्हां नाल गल्लबात करांगे की महसूस करदे ने। माता जी पहलां तां वधाईआं तुहानूं ते मुंडा जिहड़ा MLA बणिआ है, ते दूजी गल इह है कि किवें महसूस हुंदा ते मुंडा MLA बणिआ? ਬਹੁਤ ਵਧੀਆ ਹੁੰਦਾ ਜੀ, ਬਹੁਤ ਹੀ ਵਧੀਆ ਹੁੰਦਾ ਜੀ, ਖੁਸ਼ੀ ਆ ਪੂਰੀ ਪੂਰੀ ਖੁਸ਼ੀ ਆ ਜੀ। ਅੱਛਾ ਲੱਗਦਾ ਸੀ ਵੀ ਲਾਭ ਜਿੱਤੂਗਾ ਜਾਂ ਕਦੇ ਲੱਗਦਾ ਸੀ ਵੀ ਲਾਭ MLA ਵੀ ਬਣੂਗਾ? ਸ਼ੁਰੂ ਤੋਂ ਲੱਗਦਾ ਹੀ ਸੀ ਜੀ ਬੋਲਣ 'ਚ ਉਹ ਵੀ ਇਹ ਕੁਛ ਨਾ ਕੁਛ ਲੈ ਕੇ ਡਿੱਗੂਗਾ। ਪਹਿਲਾਂ ਬਹੁਤ ਪੜ੍ਹਾਈ 'ਚ ਕੰਮ ਅਸੀਂ ਕਹਿੰਦੇ ਆਹ ਵੀ ਲੱਗ ਜਾ ਆਹ ਵੀ ਲੱਗ ਜਾ, ਉਹਨੇ ਕੋਈ ਸਾਡੀ ਸੁਣੀ ਨਹੀਂ ਸੀ ਪਹਿਲਾਂ। ਬਸ ਚੁੱਪ ਕਰ ਜਾਂਦਾ, ਨਾ ਸਾਡੇ ਮੂਹਰੇ ਕੋਈ ਜਵਾਬ ਦਿੰਦਾ ਸੀ, ਨਾ ਹੱਸਦਾ ਸੀ, ਬਸ ਚੁੱਪ ਹੀ ਰਹਿੰਦਾ ਸੀਗਾ। ਅਸੀਂ ਕਹਿੰਦੇ ਵੀ ਤੂੰ ਚੁੱਪ ਕਰ ਦਾਂਗਾ, ਅਤੇ ਨਹੀਂ ਨਹੀਂ ਕਹਿ ਕੇ ਤੁਰ ਜਾਂਦਾ ਸੀ। ਅੱਛਾ ਜਿਵੇਂ ਚੰਨੀ ਮੁੱਖ ਮੰਤਰੀ ਦੇ ਨਾਲ ਮੁਕਾਬਲਾ ਸੀ, ਕੀ ਲੱਗਦਾ ਸੀ ਵੀ ਐਡੇ ਵੱਡੇ ਕਰੋੜਾਂਪਤੀ ਮੁੱਖ ਮੰਤਰੀ ਚੋਣ ਲੜ ਰਹੇ ਅਤੇ ਕੰਮ ਘਰ ਦਾ ਪੁੱਤ ਚੋਣ ਲੜ ਰਹੇ? ਹਾਂਜੀ, ਅਸੀਂ ਉਹਨੂੰ ਖੁੱਲ੍ਹੀ ਛੁੱਟੀ ਦਿੱਤੀ ਵੀ ਸੀਗੀ ਵੀ ਤੂੰ ਘਰ ਆਪਦੀਆਂ ਮਨ ਦੀਆਂ ਮਰਜ਼ੀਆਂ, ਅਸੀਂ ਮਗਰ ਹੈਗੇ ਹਾਂ ਤੇਰੇ ਬੱਚੇ ਪਾਲਣ। ਪਰਿਵਾਰ ਨੂੰ ਲੱਗਦਾ ਸੀ ਵੀ ਕਰੋੜਾਂਪਤੀ ਮੁੱਖ ਮੰਤਰੀ? ਹਾਂਜੀ ਹਾਂਜੀ ਲੱਗਦਾ ਸੀਗਾ, ਲੱਗਦਾ ਸੀ ਜੀ, ਉਹਦਾ ਚਿਹਰਾ ਸਾਨੂੰ ਲੱਗੀ ਹੀ ਜਾਂਦਾ ਸੀ, ਲੱਗੀ ਹੀ ਜਾਂਦਾ ਸੀ ਚਿਹਰਾ। ਅੱਛਾ ਮਾਤਾ ਜੀ, ਕਿੰਨੇ ਟਾਈਮ ਤੋਂ ਇੱਥੇ ਤੁਸੀਂ ਨੌਕਰੀ ਕਰਦੇ ਹੋ ਸਕੂਲ ਦੇ ਵਿੱਚ, ਅਤੇ ਲਾਭ ਵੀ ਇੱਥੇ ਪੜ੍ਹਿਆ ਹੋਣਾ, ਨਾਲੋਂ ਨਾਲ ਪੜ੍ਹਾਈ ਅਤੇ ਤੁਸੀਂ ਇੱਥੇ ਸਾਰਾ? ਹਾਂਜੀ ਇੱਥੇ ਹੀ ਕਰਿਆ ਜੀ, ਇੱਥੇ ਪਹਿਲਾਂ ਸਾਡੇ ਨਾਲ ਆਉਂਦੇ ਸੀਗੇ, ਨਾਲ ਆ ਕੇ ਫਿਰ ਦੁਬਾਰੇ ਨਹਾ ਕੇ ਰੋਟੀ ਰੋਟੀ ਕੱਦੀ ਖਾ ਕੇ ਰੁੱਖੀ ਵਿਸੀ ਫਿਰ ਆ ਜਾਂਦੇ ਸੀਗੇ। ਸਾਨੂੰ ਕੋਈ ਉਹਨੇ ਤਕਲੀਫ ਨਹੀਂ ਸੀ ਦਿੱਤੀ ਵੀ ਤੁਸੀਂ ਚੰਗਾ ਕੱਪੜਾ ਪਾਓ, ਚੰਗੀ ਮੈਨੂੰ ਵਰਦੀ ਦਿਓ, ਚੰਗਾ ਮੈਨੂੰ ਬਸਤਾ ਦਿਓ। ਮੈਂ ਤਾਂ ਜੀ ਮਸ਼ੀਨ ਦਾ ਵੀ ਕੰਮ ਕਰਦੀ ਸੀ, ਕੱਪੜੇ ਸਿਉਣ ਵਾਲੀ ਦਾ, ਬੋਰੀਆਂ ਦੇ ਝੋਲੇ ਸਿਉਂ ਕੇ ਤੋਰ ਦਿੰਦੀ ਸੀ। ਕੀ ਜਿਵੇਂ ਕਿਰਤੀ ਪਰਿਵਾਰ ਆ, ਕਿਉਂਕਿ ਮਹਿੰਗਾਈ ਦੇ ਯੁੱਗ 'ਚ ਬੱਚੇ ਪਾਲਣੇ ਬੜੀ ਮੁਸ਼ਕਲ ਹੁੰਦੀ ਹੈ, ਮਜ਼ਦੂਰੀ ਪਰਿਵਾਰ ਦੇ ਵਿੱਚੋਂ ਐਡੇ ਵੱਡੇ ਲੈਵਲ 'ਤੇ ਉੱਠਣਾ, ਔਕੜਾਂ ਤਾਂ ਕਾਫੀ ਰਹੀਆਂ ਹੋਣੀਆਂ? ਨਹੀਂ ਰਹੀਆਂ ਜੀ, ਰਹੀਆਂ ਹੀ ਨਹੀਂ, ਰਹੀਆਂ ਨਹੀਂ ਹੈਗੀਆਂ ਜੀ। ਉਹਦਾ ਡੈਡੀ ਵੀ ਕੰਮ ਕਰਦਾ ਸੀ, ਮੈਂ ਵੀ ਕੰਮ ਕਰਦੀ ਸੀ, ਕੋਈ ਸਾਨੂੰ ਅਸੀਂ ਇਹਨਾਂ ਨੂੰ ਦਿੱਕਤ ਆਉਣ ਨਹੀਂ ਦਿੱਤੀ ਲਾਭ ਨੂੰ। ਫਿਰ ਅਸੀਂ ਵਿਆਹ ਲਿਆ ਜੀ, ਕਰਾਉਂਦਾ ਨਹੀਂ ਸੀ, ਹੌਲੀ ਹੌਲੀ ਅਸੀਂ ਆਖਿਆ ਨਾ ਅਸੀਂ ਤਾਂ ਵਿਆਹਾਂਗੇ, ਜਵਾਕ ਦੇਖਣੇ ਆ। ਚਲੋ ਕਹਿੰਦਾ ਆਪਦੀ ਮਰਜ਼ੀ ਕਰ ਲਓ, ਮੈਂ ਆਪਦੀ ਮਰਜ਼ੀ ਨਾਲ ਕੁੜੀ ਦੇਖ ਕੇ ਆਈ। ਕਹਿੰਦਾ ਪਸੰਦ ਆ? ਮੈਂ ਕਿਹਾ ਪਸੰਦ ਆ। ਕਹਿੰਦਾ ਜੇ ਤੇਰੇ ਪਸੰਦ ਆ ਤਾਂ ਮੈਂ ਤਾਂ ਮੇਰੇ ਵੀ ਪਸੰਦ ਆ। ਅੱਛਾ ਹੁਣ ਜਿਵੇਂ ਨਤੀਜਾ ਆਇਆ ਗਾ, ਪਰਿਵਾਰ ਵੀ ਪਿੱਛੇ ਜਿਹੜਾ ਸਪੋਰਟ ਕਰਦਾ ਰਿਹਾ, ਹੁਣ ਕੰਪੇਨ ਤੁਸੀਂ ਵੀ ਕੀਤੀ ਹੋਣੀ ਆ ਪਿੰਡਾਂ ਦੇ ਵਿੱਚ, ਲੋਕਾਂ ਦਾ ਕਿਹੋ ਜਿਹਾ ਰੁਝਾਨ ਉਦੋਂ ਦੇਖਣ ਨੂੰ ਮਿਲਦਾ ਸੀ? ਉਦੋਂ ਵਧੀਆ ਮਿਲਦਾ ਸੀ ਜੀ, ਸਾਨੂੰ ਪੂਰਾ ਵਧੀਆ ਸਹਿਯੋਗ ਦਿੰਦੇ ਸੀਗੇ ਵੀ ਲਾਭ ਨੂੰ ਅਸੀਂ ਹਾਰ ਨਹੀਂ ਦਿੰਦੇ ਹੈਗੇ। ਮਤਲਬ ਕਦੇ ਸੋਚਿਆ ਸੀ ਵੀ ਤੁਹਾਡਾ ਮੁੰਡਾ ਵੀ ਇੱਕ ਮਜ਼ਦੂਰ ਪਰਿਵਾਰ ਦੇ ਵਿੱਚੋਂ ਇਸ ਤਰ੍ਹਾਂ MLA ਸਿੱਪ ਅਤੇ ਮੁੱਖ ਮੰਤਰੀ ਨੂੰ ਰਹੂਗਾ, ਸਾਰੇ ਪੰਜਾਬ ਦੇ ਵਿੱਚ ਚਰਚਾ ਹੀ ਲਾਭ ਦੀ ਹੋਊਗੀ? ਕਦੇ ਸੋਚਿਆ ਸੀ ਵੀ ਰਾਜਨੀਤੀ 'ਚ ਆਊ ਪਰਿਵਾਰ ਸਾਡਾ? ਹਾਂਜੀ ਆਊਗਾ, ਆਊਗਾ ਵੀ ਸਾਨੂੰ ਸੀਗਾ ਵੀ ਵੱਡੇ ਉਹਦੇ 'ਤੇ ਜਾਊਗਾ ਹੀ ਜਾਊਗਾ। ਹੁਣ ਲਾਭ ਜਿੱਤ ਗਿਆ, MLA ਬਣ ਗਿਆ ਗਾ, ਅਤੇ ਸਾਰੇ ਪੰਜਾਬ ਦੇ ਲੋਕਾਂ ਦੀ ਨਜ਼ਰਾਂ ਨੇ, ਐਂ ਨਹੀਂ ਲੱਗਦਾ ਵੀ ਇਹਨੂੰ ਮੰਤਰੀ ਮੰਡਲ ਦੇ ਵਿੱਚ ਲਿਆ ਜਾਵੇ? ਕਿਉਂਕਿ ਇੱਕ ਆਵਾਜ਼ ਵੀ ਉੱਠ ਰਹੀ ਹੈ ਕਿ ਮੁੱਖ ਮੰਤਰੀ ਨੂੰ ਹਰਾਇਆ, ਕਿ ਇੱਕ ਮਾਤਾ ਕਿਵੇਂ ਦੇਖਦੀ ਹੈ ਵੀ ਸਾਡਾ ਮੁੰਡਾ ਮੰਤਰੀ ਬਣੇ? ਨਹੀਂ ਜੀ, ਉਦੋਂ ਪਹਿਲਾਂ ਸਾਡਾ ਭਗਵੰਤ ਮਾਨ ਬਣੂਗਾ, ਕੇਜਰੀਵਾਲ ਹੈਗੇ ਨੇ, ਉਦੋਂ ਬਾਅਦ ਇਹਦੀ ਸੋਚ ਹੈ। ਅੱਛਾ ਮਾਤਾ, ਜਿਵੇਂ ਮੁੰਡਾ ਤਾਂ MLA ਬਣ ਗਿਆ, ਹੁਣ ਤੁਸੀਂ ਇਹ ਆਪਣਾ ਜਿਹੜੀ ਨੌਕਰੀ ਆ ਤੁਹਾਡੀ ਸਫਾਈ ਸੇਵਕ ਦੀ ਜਾਰੀ ਰੱਖੋਗੇ ਨਾਲੋਂ ਨਾਲ, ਜਾਂ ਹੁਣ ਇਹ ਲੱਗਦਾ ਵੀ ਮੁੰਡਾ ਮੌਜ ਕਰਾਊਗਾ, ਜਾਂ ਕੁਛ ਨਾ ਕੁਛ ਤਾਂ ਸੋਚੀ ਹੋਣੀ? ਹਾਂ ਜੀ, ਨਾ ਜੀ, ਅਸੀਂ ਅਸੀਂ ਸੇਵਾ ਕਰਾਂਗੇ, ਜਿੰਨਾ ਚਿਰ ਜਿਉਵਾਂਗੇ ਇੱਥੇ ਧੂੜ ਹੀ ਲਵਾਂਗੇ ਰੇਤੇ ਦੀ, ਸਾਨੂੰ ਝਾੜੂ ਨਹੀਂ ਵਫਾ ਦਿੱਤਾ।
ਮਤਲਬ ਰੋਟੀ ਕਿਰਤ ਦੀ ਪੱਕੂ ਘਰੇ ਕਿਰਤ ਦੀ ਪੱਕੂਗੀ ਜੀ ਮੇਰੇ ਬੱਚੇ ਨੂੰ ਵੀ ਇਹੀ ਮੱਤ ਦਿੱਤੀ ਹੈ ਵੀ ਕਿਰਤ ਕਮਾਈ ਖਾਈ ਲੋਕਾਂ ਨੂੰ ਦੇਈ ਅੱਛਾ MLA ਤਾਂ ਬਣ ਗਿਆ ਕੀ ਉਮੀਦਾਂ ਨੇ ਤੁਹਾਡੇ ਮੁੰਡੇ ਤੋਂ ਵੀ ਕੀ ਮੁੰਡਾ ਲੋਕਾਂ ਲਈ ਕੀ ਕਰੇਗਾ ਜਾਂ ਤੁਸੀਂ ਘਰੇ ਚਰਚਾ ਕਰਦੇ ਹੋ ਤੂੰ ਆਪਦੇ ਮੁੰਡੇ ਨੂੰ ਕਹਿੰਦੇ ਹੋਵੋਗੇ ਵੀ ਹੁਣ MLA ਬਣ ਗਿਆ ਕੀ ਹੋਣਾ ਚਾਹੀਦਾ ਕੀ ਸੋਚਿਆ ਹੋਵੇ ਸਾਡਾ ਤਾਂ ਜੀ ਇਹੀ ਸੋਚਿਆ ਹੋਇਆ ਵੀ ਲੋਕਾਂ ਦੀ ਸੇਵਾ ਕਰੀ ਚੰਗੇ ਸਕੂਲ ਬਣਾਈ ਚੰਗੇ ਬੱਚਿਆਂ ਨੂੰ ਡਿਊਟੀਆਂ ਦਵਾ ਦੀ ਚੰਗੇ ਇੱਥੇ ਟੀਚਰ ਆ ਜਾਣ ਚੰਗੇ ਹਸਪਤਾਲਾਂ 'ਚ ਡਾਕਟਰ ਆ ਜਾਣ ਆਹ ਸੋਚਿਆ ਜੀ ਸਾਡੀ ਇਹ ਸਨ ਲਾਭ ਸਿੰਘ ਉਗੋਕੇ ਦੇ ਮਾਤਾ ਜੀ ਬਲਦੇਵ ਕੌਰ ਜਿਹੜੇ ਉਗੋਕੇ ਸਰਕਾਰੀ ਸਕੂਲ ਦੇ ਵਿੱਚ ਸਫਾਈ ਕਰਮਚਾਰੀ ਨੇ ਲੰਬੇ ਸਮੇਂ ਤੋਂ 22 ਸਾਲਾਂ ਤੋਂ ਨੌਕਰੀ ਕਰ ਰਹੇ ਨੇ ਅਤੇ ਪੁੱਤ ਭਾਵੇਂ MLA ਬਣ ਗਿਆ ਅਤੇ ਮਾਤਾ ਦਾ ਜਿਹੜਾ ਹਜੇ ਵੀ ਸੋਚ ਹੈ ਕਿ ਕਿਰਤ ਦੀ ਕਮਾਈ ਖਾਣੀ ਆ ਅਤੇ ਇੱਥੇ ਸਰਕਾਰੀ ਸਕੂਲ ਦੇ ਵਿੱਚ ਆਪਦੀ ਸਫਾਈ ਸੇਵਕ ਦੇ ਤੌਰ 'ਤੇ ਹੀ ਨੌਕਰੀ ਕਰਾਂਗੇ ਅਤੇ ਸਰਕਾਰੀ ਸਕੂਲ ਦੇ ਵਿੱਚ ਆਪਣੀ ਡਿਊਟੀ ਨਿਭਾਉਂਦੇ ਰਹਾਂਗੇ ਅਤੇ ਪੁੱਤ ਤੋਂ ਵੱਡੀਆਂ ਉਮੀਦਾਂ ਨੇ ਕਿ ਪੁੱਤ ਲੋਕਾਂ ਦੇ ਧੀਆਂ ਪੁੱਤਾਂ ਲਈ ਸਿਹਤ ਸਿੱਖਿਆ ਸਹੂਲਤਾਂ ਲਈ ਕੰਮ ਕਰੇ ਬਰਨਾਲਾ ਤੋਂ ਲਖਵੀਰ ਚੀਮਾ ETV ਭਾਰਤ